ਹਾਂਜੀ ਸਟਾਰ ਦੁਨੀਆ ਵਿੱਚ ਵਧ ਰਹੀ ਆਬਾਦੀ ਵਿੱਚ ਭਾਰਤ ਪਹਿਲੇ ਨੰਬਰ ਉੱਤੇ ਆ ਗਿਆ ਹੈ ਆਬਾਦੀ ਦੇ ਵਾਧੇ ਨੂੰ ਰੋਕਣ ਲਈ ਹਾਲਾਂਕਿ ਸਾਡੇ ਕੋਲ ਕੋਈ ਪ੍ਰਭਾਵੀ ਯੋਜਨਾ ਨਹੀਂ ਹੈ ਡੰਡੀ ਪ੍ਰਧਾਨ ਮੰਤਰੀ ਨੇ ਭਾਵੇਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਦਾ ਕੀਤਾ ਸੀ ਉਹ ਤਾਂ ਹੋ ਨਹੀਂ ਸਕੀ ਹਾਂ ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਜ਼ਰੂਰ ਹੋਈ ਜਾ ਰਹੀ ਹੈ ਡੰਡੀ ਕਿਸਾਨਾਂ ਸਿਰ ਕਰਜ਼ਾ ਲਗਾਤਾਰ ਵਧੀ ਜਾ ਰਿਹਾ ਹੈ ਸਿਰਫ ਕਿਸਾਨ ਹੀ ਨਹੀਂ ਸਮਾਜ ਦਾ ਹਰ ਵਰਗ ਮੁਸ਼ਕਿਲਾਂ ਵਿੱਚ ਬੁਰੀ ਤਰ੍ਹਾਂ ਕਿਰਦਾ ਨਜ਼ਰ ਆ ਰਿਹਾ ਹੈ ਅਜ਼ਾਦੀ ਦੇ 76 ਸਾਲਾਂ ਵਿੱਚ ਅਸੀਂ ਰਾਜ ਨੇਤਾਵਾਂ ਦੇ ਵੱਡੇ-ਵੱਡੇ ਨਾਰੇ ਅਤੇ ਲਾਰੇ ਤਾਂ ਸੁਨੇ ਹਨ ਪਰ ਹੋਇਆ ਬਹੁਤਾ ਕੁਝ ਨਹੀਂ ਡੰਡੇ ਗਰੀਬੀ ਹਟਾਓ ਦੇ ਨਾਰੇ ਨਾਲ ਵੋਟਾਂ ਤਾਂ ਜ਼ਰੂਰ ਮਿਲ ਗਈਆਂ ਪਰ ਗਰੀਬੀ ਨਹੀਂ ਹਟੀ ਅਸੀਂ ਅੱਜ ਵੀ ਗਰੀਬੀ ਬੇਰੁਜ਼ਗਾਰੀ ਮਹਿੰਗਾਈ ਅਤੇ ਨਸ਼ਿਆ ਵਰਗੀਆਂ ਗੰਭੀਰ ਸਮੱਸਿਆਵਾਂ ਵਿੱਚ ਫਸੇ ਹੋਏ ਹਨ ਪਾਰਟੀ ਭਾਵੇਂ ਕੋਈ ਵੀ ਹੋਵੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਕਿਸੇ ਦਾ ਮਨ ਨਹੀਂ ਹੈ ਅੱਜ ਦੇਸ਼ ਦੀ ਆਬਾਦੀ ਦਾ 2/3 ਤੋਂ ਵੀ ਵੱਧ ਭਾਰਤ ਦਾ ਨੌਜਵਾਨ ਵਰਗ ਹੈ ਜੋ ਵਿਹਲਾ ਹੈ ਉਸ ਕੋਲ ਨਾ ਤਾਂ ਮਿਆਰੀ ਗਿਆਨ ਹੈ ਨੌਕਰੀ ਮਿਲਦੀ ਨਹੀਂ ਅਤੇ ਨਾ ਰੋਟੀ ਕਮਾਉਣ ਲਈ ਕੋਈ ਕੰਮ ਤੰਦਾ ਸ਼ੁਰੂ ਕਰਨ ਲਈ ਪੈਸੇ ਹਨ ਡੰਡੇ ਉਹ ਹੋ ਰਾਜਸੀ ਪਾਰਟੀਆਂ ਲਈ ਉਹਨਾਂ ਦੇ ਸਮਾਗਮਾਂ ਵਿੱਚ ਭੇੜ ਇਕੱਠੀ ਕਰਨ ਦਾ ਸਾਧਨ ਜ਼ਰੂਰ ਹੈ ਸਾਡੇ ਦੇਸ਼ ਵਿੱਚ ਲਗਭਗ 45 ਸਾਲ ਸਮਾਜਵਾਦੀ ਅਰਥ ਵਿਵਸਥਾ ਅਧੀਨ ਨੀਤੀਆਂ ਬਣੀਆਂ ਡੰਡੇ ਹਾਂਜੀ ਪੈਰਾ ਡਾਕਟਰ ਮਨਮੋਹਨ ਸਿੰਘ ਨੇ ਬਤੌਰ ਖਜ਼ਾਨਾ ਮੰਤਰੀ ਅਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਬਣ ਕੇ ਖੁੱਲੇ ਅਰਥ ਵਿਵਸਥਾ ਦੀਆਂ ਨੀਤੀਆਂ ਵੱਲ ਮੋੜ ਆ ਪਾ ਦਿੱਤਾ ਉਸ ਤੋਂ ਬਾਅਦ ਸਰਕਾਰ ਭਾਵੇਂ ਕਿਸੇ ਦੀ ਬਣੀ ਦੇਸ਼ ਕਰਪੋਰੇਟ ਬਿਵਸਥਾ ਵੱਲ ਦੌੜਨ ਲੱਗਾ ਟੰਡੀ ਅੱਜ ਦੇਸ਼ ਦੇ ਹਰ ਖੇਤਰ ਅਤੇ ਅਦਾਰੇ ਉੱਤੇ ਕਾਰਪੋਰੇਟ ਕਬਜ਼ ਹੋ ਰਹੇ ਹਨ ਖੇਤੀ ਦੇਸ਼ ਦਾ ਸਭ ਤੋਂ ਵੱਡਾ ਖੇਤਰ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਜਿਸ سپੀੜ ਨਾਲ ਹਰ ਖੇਤਰ ਉੱਤੇ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣਾ ਸ਼ੁਰੂ ਕੀਤਾ ਹੈ ਉਹ ਕਿਸੇ ਨੂੰ ਭੁੱਲਿਆ ਨਹੀਂ ਡੰਡੀ ਸਾਲ 2017 ਤੋਂ ਜਦੋਂ ਖੇਤੀ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਵਿਉਤ ਕੜੀ ਗਈ ਅਸੀਂ ਵਿਰੋਧ ਸ਼ੁਰੂ ਕਰ ਦਿੱਤਾ ਇਸੇ ਕੜੀ ਵਿੱਚ ਸਰਕਾਰ ਨੇ ਤਿੰਨ ਕਾਨੂੰਨ ਬਣਾਏ ਜਿਨ੍ਹਾਂ ਨੂੰ ਕਿਸਾਨਾਂ ਨੇ ਕਾਲੇ ਕਾਨੂੰਨ ਕਿਹਾ ਡੰਡੀ ਇਹਨਾਂ ਨੂੰ ਖਤਮ ਕਰਵਾਉਣ ਲਈ ਕਿਸਾਨਾਂ ਨੇ ਇਕੱਠੇ ਹੋ ਕੇ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਅਤੇ ਸਭ ਤੋਂ ਲੰਬਾ ਅੰਦੋਲਨ ਸਫਲਤਾ ਨਾਲ ਲੜਿਆ ਡੰਡੇ ਕਾਨੂੰਨ ਵਾਪਸ ਹੋ ਗਏ ਮੋਰਚਾ ਜਿੱਤ ਗਿਆ ਪਰ ਸਰਕਾਰ ਦੇ ਅੰਦਰ ਇੱਕ ਕਿੜ ਰਹਿ ਗਏ ਸਰਕਾਰ ਕਿਸਾਨਾਂ ਦੀ ਏਕਤਾ ਤੋੜਨ ਵਿੱਚ ਸਫਲ ਹੋ ਗਈ ਅਸਲ ਵਿੱਚ ਸਰਕਾਰ ਨੂੰ ਪਵਿਕ ਲਈ ਕਿਸਾਨਾਂ ਦੀ ਏਕਤਾ ਇੱਕ ਵੱਡਾ ਖਤਰਾ ਜਾਪਦੀ ਸੀ ਸਰਕਾਰ ਨੇ ਹਾਲਾਂਕਿ ਆਪਣੀ ਜ਼ਿੱਦ ਨਹੀਂ ਛੱਡੀ ਇਸ ਅੰਦੋਲਨ ਦੀ ਅਗਵਾਈ ਪੰਜਾਬ ਨੇ ਕੀਤੀ ਇਸੇ ਲਈ ਕਿਸਾਨ ਏਕਤਾ ਨੂੰ ਤੋੜਨ ਲਈ ਵੀ ਉਸ ਨੇ ਆਪਣੀ ਪੰਜਾਬ ਵਿਚਲੇ ਚਿਹਤਿਆਂ ਨੂੰ ਹੀ ਵਰਤਿਆ ਇਸ ਅੰਦੋਲਨ ਨੇ ਜੋ ਵੱਡਾ ਕਮ ਕੀਤਾ ਸੀ ਉਹੋ ਹੀ ਸਿੱਖਾਂ ਦੀ ਪਛਾਣ ਜੋ ਸੰਸਾਰ ਪੱਦਰ ਤੇ ਚਮਕੀ ਸਟਾਪ